ਗੱਲ ਕਰਾਂਗੇ ਬਿਜਲੀ ਚੋਰਾਂ ਦੇ ਖਿਲਾਫ ਸਖਤ ਹੋਈ ਪੰਜਾਬ ਸਰਕਾਰ ਦੇ ਐਕਸ਼ਨ ਮੋਡ ਦੀ। ਸੂਬੇ ਅੰਦਰ ਬਿਜਲੀ ਚੋਰੀ 'ਚ ਸ਼ਾਮਲ 3 ਦਰਜਨ ਤੋਂ ਵੱਧ ਥਾਣਿਆਂ ਦੇ ਕਨੈਕਸ਼ਨ ਕੱਟਣ ਦੇ ਹੁਕਮ ਜਾਰੀ ਕੀਤੇ ਗਏ ਆ। ਪਹਿਲਾਂ ਸਰਕਾਰ ਨੇ ਕੁੰਡੀ ਹਟਾਓ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਹੁਣ ਥਾਣਿਆਂ 'ਚ ਬੀਤੇ ਲੰਮੇ ਸਮੇਂ ਤੋਂ ਬਿਜਲੀ ਚੋਰੀ ਹੋ ਰਹੀ ਹੈ, ਜਿਸ ਕਰਕੇ ਸੂਬਾ ਸਰਕਾਰ ਨੂੰ ਲੱਖਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਦੱਸ ਦਈਏ ਕਿ ਸੂਬੇ 'ਤੇ ਪਹਿਲਾਂ ਹੀ ਬਿਜਲੀ ਸੰਕਟ ਮੰਡਰਾ ਰਿਹਾ ਔਰ ਕੱਟ ਵੀ ਲੱਗ ਰਿਹਾ। ਝੋਨੇ ਦੀ ਸੀਜ਼ਨ ਦੀ ਸ਼ੁਰੂਆਤ ਨਾਲ ਬਿਜਲੀ ਦੀ ਮੰਗ ਵੱਧ ਗਈ ਹੈ। ਇਹ ਵੀ ਦੱਸਣਾ ਇੱਥੇ ਲਾਜ਼ਮ ਹੈ ਕਿ ਇਹਨਾਂ ਥਾਣਿਆਂ 'ਚੋਂ ਜ਼ਿਆਦਾਤਰ ਥਾਣੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਨੇ। ਬਿਜਲੀ ਚੋਰੀ ਰੋਕਣ ਦੀ ਮੁਹਿੰਮ ਤਹਿਤ ਵਿਭਾਗ ਨੇ ਹੁਣ ਤੱਕ ਲੋਕਾਂ ਦੇ ਕਨੈਕਸ਼ਨ ਕੱਟ ਕੇ ਕਰੀਬ 88 ਲੱਖ ਰੁਪਏ ਦਾ ਜੁਰਮਾਨਾ ਵੀ ਵਸੂਲ ਕੀਤਾ ਹੈ। ਔਰ ਇਸ ਖਬਰ 'ਤੇ ਹੋਰ ਵਧੇਰੇ ਜਾਣਕਾਰੀ ਦੀ ਸਾਂਝ ਪਾਉਣ ਲਈ ਸਾਡੇ ਨਾਲ ਬਜ਼ਮ ਜੁੜੇ ਆ। ਬਜ਼ਮ, ਜਿਹੜੀ ਇਹ ਬਿਜਲੀ ਚੋਰਾਂ ਦੇ ਪਿੱਛੇ ਸਰਕਾਰ ਪਈ ਹੈ ਅਤੇ ਇਹਦਾ ਘੇਰਾ ਆਉਂਦੇ ਦਿਨਾਂ 'ਚ ਕਿੱਥੇ ਕਿੱਥੇ ਤੱਕ ਪਹੁੰਚੇਗਾ? ਦੇਖੋ, ਬਿਲਕੁਲ, ਸਭ ਤੋਂ ਪਹਿਲਾਂ ਜਿਹੜੇ ਕਿ ਚੋਰੀ ਰੁਕਵਾਉਂਦੇ ਸੀਗੇ, ਲੋਅ ਐਂਡ ਆਰਡਰ ਮੇਨਟੇਨ ਕਰਦੇ ਸੀਗੇ, ਉਹਨਾਂ ਦੀ ਹੀ ਸਟੇਸ਼ਨ 'ਚ ਜਿਹੜਾ ਹੈ ਉਹ ਇਸ ਤਰੀਕੇ ਨਾਲ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 3 ਦਰਜਨ ਤੋਂ ਵੱਧ ਥਾਣਿਆਂ 'ਚ ਜਿਹੜਾ ਹੈ ਉਹ ਕੁੰਡੀ ਕਨੈਕਸ਼ਨ ਲੱਗਿਆ ਵਾ ਸੀ। ਹੁਣ PSPCL ਇੱਕ ਵੱਡੇ ਐਕਸ਼ਨ 'ਚ ਆਈ ਹੈ ਅਤੇ ਕਈ ਸਾਰੇ ਜਿਹੜੇ ਥਾਣੇ ਨੇ ਉੱਥੇ ਇਹੀ ਇਸੇ ਤਰੀਕੇ ਨਾਲ ਜਿਹੜਾ ਕਨੈਕਸ਼ਨ ਹੁਣ ਕੱਟ ਦਿੱਤਾ ਜਾਊਗਾ। ਅਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ, 3 ਦਰਜਨ ਥਾਣੇ, ਯਾਨੀ ਕਈ ਸਾਰੇ ਇਹੋ ਜਿਹੇ ਥਾਣੇ ਸੀਗੇ ਜਿਹੜੇ ਕਿ ਵੱਖ ਵੱਖ ਡਿਸਟ੍ਰਿਕਟਾਂ 'ਚ ਜਾਂ ਵੱਖ ਵੱਖ ਪਿੰਡਾਂ 'ਚ ਜਿਹੜੇ ਨੇ ਉੱਥੇ ਸੀਗੇ, ਪਰ ਬਿਜਲੀ ਜਿਹੜੀ ਹੈ ਉਹ ਗਲਤ ਤਰੀਕੇ ਨਾਲ ਉੱਥੇ ਜਾ ਰਹੀ ਸੀਗੀ। ਯਾਨੀ ਕਿਸੇ ਤਰੀਕੇ ਦਾ ਕੋਈ ਬਿੱਲ ਦੇਣਾ ਨਹੀਂ ਪੈਂਦਾ ਸੀ ਉਹਨਾਂ ਨੂੰ, ਕਿਸੇ ਤਰੀਕੇ ਨਾਲ ਕਿਸੇ ਕੋਈ ਵੀ ਜਿਹੜੇ ਉਹ ਸਰਵਿਸ ਨਹੀਂ ਉਪਲਬਧ ਹੁੰਦੀਆਂ ਸੀ, ਸਿੱਧਾ ਕੁੰਡੀ ਕਨੈਕਸ਼ਨ ਕੰਮ ਚੱਲ ਰਿਹਾ ਸੀ। ਤਾਂ ਕਿਤਨਾ ਕਿਤੇ ਆਪਣੇ ਆਪ 'ਚ ਕਈ ਸਾਰੇ ਸਵਾਲ ਇਸ ਚੀਜ਼ 'ਤੇ ਖੜ੍ਹੇ ਹੋ ਰਹੇ ਸੀ ਕਿ ਕਿਉਂ ਇਸ ਤਰੀਕੇ ਨਾਲ ਜਦ ਲੋਕਾਂ ਨੂੰ ਨਸੀਹਤ ਦਿੱਤੀ ਜਾਂਦੀ ਹੈ ਫਿਰ ਆਪ ਕਿਉਂ ਉਸ ਚੀਜ਼ ਤੋਂ ਪਿੱਛੇ ਹੋ। ਤਾਂ ਕਿਤਨਾ ਕਿਤੇ ਇਸ ਚੀਜ਼ ਨੂੰ ਦੇਖਦੇ ਹੋਏ ਇੱਕ ਵੱਡਾ ਐਕਸ਼ਨ ਜਿਹੜਾ PSPCL ਵੱਲੋਂ ਲਿੱਤਾ ਗਿਆ। ਪਰ ਨਾਲ ਦੇ ਨਾਲ ਜਿਸ ਤਰ੍ਹਾਂ ਤੁਸੀਂ ਵੀ ਇਹ ਗੱਲ ਕਹੀ, ਜਿਹੜਾ ਡਾਟਾ ਸਾਹਮਣੇ ਆਇਆ ਉਸ ਤੋਂ ਵਿੱਚ ਗੁਰਦਾਸਪੁਰ ਦੀ ਗੱਲ ਕਰੀਏ, ਸੰਗਰੂਰ ਆਪਣਾ ਇਲਾਕਾ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਉਹ ਇਲਾਕਾ, ਪਰ ਨਾਲ ਦੇ ਨਾਲ ਗੁਰਦਾਸਪੁਰ, ਸੰਗਰੂਰ ਅਤੇ ਹੋਰ ਜਿਹੜੇ ਪਟਿਆਲੇ ਦੀ ਗੱਲ ਕੀਤੀ ਜਾਏ ਆ ਹੋਰ ਆਸ ਪਾਸ ਦੇ ਇਲਾਕੇ ਨੇ ਜਿੱਥੇ ਇਸ ਤਰੀਕੇ ਦੀ ਮਾਮਲੇ ਸਾਹਮਣੇ ਆਏ ਨੇ। ਪਰ ਇਹ ਸਿਰਫ ਅਤੇ ਸਿਰਫ ਇੱਥੇ ਆ ਕੇ ਨਹੀਂ ਹਟਦਾ, ਕਿਉਂਕਿ ਜਿਹੜੇ ਕੁੰਡੀ ਕਨੈਕਸ਼ਨ ਦਾ ਸਾਰਾ ਕੁਝ ਚੱਲ ਰਿਹਾ ਸੀਗਾ, ਇਹ ਪਹਿਲਾਂ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਜਿਹੜਾ ਸ਼ੁਰੂਆਤ ਕੀਤੀ ਗਈ ਸੀ ਕਿ ਇਹਨਾਂ ਚੀਜ਼ਾਂ ਨੂੰ ਰੋਕਿਆ ਜਾਏ, ਇਹ ਕੈਂਪੇਨ ਚਲਾਇਆ ਗਿਆ ਸੀਗਾ। ਹੁਣ ਇਹ ਕੈਂਪੇਨ ਇੱਥੇ ਖਤਮ ਹੁੰਦਾ ਜਾਂ ਫਿਰ ਹੋਰ ਕਈ ਸਾਰੇ ਸਰਕਾਰੀ ਵਿਭਾਗ ਨੇ ਜਿੱਥੇ ਇਸ ਤਰੀਕੇ ਨਾਲ ਕੁੰਡੀ ਕਨੈਕਸ਼ਨ ਚੱਲ ਰਹੀ ਆ ਉੱਥੇ ਵੀ ਰੋਕਿਆ ਜਾਏਗਾ, ਅਤੇ ਜਿਹੜਾ ਸਰਕਾਰ ਦਾ ਖਜ਼ਾਨਾ ਉਸ ਨੂੰ ਕਿਸ ਤਰੀਕੇ ਨਾਲ ਚਪਤ ਲੱਗ ਰਹੀ ਸੀਗੀ ਉਹ ਵੀ ਚੀਜ਼ਾਂ ਨੂੰ ਜਿਹੜਾ ਹੈ ਉਹ ਕਿਤੇ ਕਿਤੇ ਠੱਲ ਪਾਈ ਜਾ ਸਕੇਗੀ। ਪਰ ਸਿਰਫ ਇਹ ਸਟੇਸ਼ਨ ਦੀ ਗੱਲ ਨਹੀਂ, ਹੋਰ ਕਿਹੜੇ ਕਿਹੜੇ ਸਰਕਾਰੀ ਵਿਭਾਗ ਨੇ ਉਹ ਵੀ ਦੇਖਣੇ ਹੋਣਗੇ। ਜੀ ਠੀਕ ਹੈ, ਜਾਣਕਾਰੀ ਦੀ ਸਾਂਝ ਪਾਉਣ ਲਈ ਬਜ਼ਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ।